ਸਾਹਿਬ ਜੀ ਆਪ ਜੀ ਦੇ ਹਰ ਵੀ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਆਪਣੀ ਸਵਾਸਾਂ ਦੀ
Thank you.
Thank you.
Thank you.
ਵੀ ਸੇਵਾ ਪ੍ਰਵਾਨ ਕਰਨੀ ਹੈ। ਹੁਣ ਗੁਰੂ ਸਾਹਿਬਾਂ ਦੀ ਹਜ਼ੂਰੀ ਵਿੱਚ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਸਾਹਿਬ ਜੀ ਦੇ ਪਾਸ ਪਹੁੰਚ ਚੁੱਕੇ ਨੇ ਜੀ। ਆਪ ਜੀ ਨਾਲ ਗੁਰਮਤਿ ਪੰਜਾਬ ਦੀ ਸਾਂਝ ਪਾਉਣਗੇ ਜੀ। ਇਸੇ ਤਰ੍ਹਾਂ ਸੱਜ ਕੇ ਲਾਹੇ ਦਰਸ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦੇ ਕਿੰਨੇ ਕੁ ਸਾਲ
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪਤਾ ਹੀ ਨਹੀਂ ਕਦੋਂ ਬਚਪਨ ਆਇਆ, ਕਦੋਂ ਜਵਾਨੀ ਗਈ ਤੇ ਕਦੋਂ ਬੁੜਾਪਾ, ਕਦੋਂ ਹੌਲੀ ਹੌਲੀ ਕਰਦਿਆਂ ਸਰੀਰ ਬਿਰਧ ਹੁੰਦਾ ਜਾਂਦਾ ਹੈ। ਇਸ ਗੱਲ ਦੀ ਤੇ ਸਮਝ ਹੀ ਨਹੀਂ ਆਈ, ਜਿੰਨੀ ਕੁ ਸਮਝ ਜਿੰਨਾ ਕੁ ਸਮਾਂ ਲੱਗਿਆ ਹੈ। ਜਦੋਂ ਕਿਤੇ ਕੰਨੀ ਆਵਾਜ਼ ਪਵੇ ਗੁਰੂ ਨਾਨਕ ਦੇਵ ਜੀ ਮਾਲੇ ਕਹਿੰਦੇ ਨੇ ਉਦੋਂ ਹੀ ਪਰਮੇਸ਼ਰ ਨੂੰ ਚੇਤੇ ਕਰ, ਉਦੋਂ ਅਕਾਲ ਪੁਰਖ ਨੂੰ ਚੇਤੇ ਕਰ। ਗੁਰਬਾਣੀ ਦੇ ਬਚਨ ਨੇ ਕਿ ਇੱਕ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਧ ਕੋ ਦੋਇ ਫਲ ਲਾਏ, ਕਿ ਇਹ ਸੰਸਾਰ ਇੱਕ ਰੁੱਖ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ, ਔਰ ਇਸ ਰੁੱਖ ਨੂੰ ਦੋ ਫਲ ਲੱਗੇ ਹੋਏ ਨੇ। ਇੱਕ ਫਲ ਲੱਗਾ ਹੈ ਜਿਹਦਾ ਨਾਮ ਹੈ ਅੰਮ੍ਰਿਤ, ਤੇ ਇੱਕ ਫਲ ਉਹ ਆ ਜਿਹਦਾ ਨਾਮ ਹੈ ਜੈ। ਜਿਹੜਾ ਬੰਦਾ ਦੁਨੀਆਂ ਦੇ ਜਨਮ ਲੈ ਕੇ ਆ ਗਿਆ, ਗੁਰੂ ਨਾਨਕ ਦੇਵ ਜੀ ਮਾਤੇ ਕਹਿੰਦੇ ਨੇ ਉਹਨੇ ਚੋਣ ਕਰਨੀ ਆ ਵੀ ਜਨਮ ਲੈ ਕੇ ਜ਼ਹਿਰ ਤੋੜਨਾ ਹੈ ਕਿ ਅੰਮ੍ਰਿਤ ਤੋੜਨਾ ਹੈ। ਉਹ ਇਸ ਗੱਲ ਦਾ ਪਤਾ ਕਰਕੇ ਕੀ ਲੈਣ ਆਇਆ ਦੁਨੀਆਂ ਤੇ, ਜ਼ਹਿਰ ਤੋੜਨਾ ਤੇ ਅੰਮ੍ਰਿਤ ਤੋੜਨਾ, ਫਲ ਦੋਵੇਂ ਲੱਗੇ ਹੋਏ ਨੇ ਇਸ ਦੁਨੀਆਂ ਤੇ। ਤੇ ਜੋ ਕਿਸੇ ਨੇ ਤੋੜ ਲਿਆ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜੋ ਕਿਸੇ ਨੇ ਪ੍ਰਾਪਤ ਕਰ ਲਿਆ, ਮੁੜ ਕੇ ਉਹਨੂੰ ਉਹ ਭੋਗਣ ਵਾਸਤੇ ਖੜੇਗਾ। ਜੇ ਤੇ ਕਿਸੇ ਨੇ ਦੁਨੀਆਂ ਤੇ ਆ ਕੇ ਅੰਮ੍ਰਿਤ ਪ੍ਰਾਪਤ ਕਰ ਲਿਆ ਤੇ ਉਹਨੂੰ ਅੰਮ੍ਰਿਤ ਪ੍ਰਾਪਤ ਹੋਏਗਾ, ਉਹਨੂੰ ਅੰਮ੍ਰਿਤ ਮਿਲੇਗਾ। ਜੇ ਕਿਸੇ ਨੇ ਵਿਆਹ ਕਰਤਾ ਕਰ ਲਿਆ ਤੇ ਸੱਟ ਕਹਿੰਦੇ ਜਿਹਨੂੰ ਵਿਆਹ ਪ੍ਰਾਪਤ ਹੋਏਗਾ ਜਹਿਰ ਮਿਲੇਗਾ। ਦੋਵੇਂ ਚੀਜ਼ਾਂ ਇੱਥੇ ਨੇ ਕਿ ਬੰਦਾ ਪਤਾ ਕਰੇ ਵੀ ਇਹਨੇ ਲੈਣਾ ਕੀ। ਬੰਦਾ ਧਿਆਨ ਕਰਕੇ ਵਿਚਾਰ ਕਰਕੇ ਵੇਖ ਲਿਆ ਕਿ ਇਹਨੇ ਦੁਨੀਆਂ ਤੋਂ ਖੱਟਣਾ ਕੀ ਹੈ, ਕਿਉਂਕਿ ਇਹਨੂੰ ਇੱਕ ਦਿਨ ਪੁੱਛਿਆ ਜਾਣਾ ਹੈ ਕਿਆ ਟਾਈਮ ਛੱਡਿਆ ਕਹਾਂ ਗਵਾਇਆ। ਪਰ ਇੰਨੇ ਸਵਾਸ ਲੈ ਕੇ ਉਹ ਦੁਨੀਆਂ 'ਤੇ ਆਇਆ ਸਾਂ, ਇਹਨਾਂ ਸਵਾਸਾਂ ਦੇ ਨਾਲ ਕੀ ਖੱਟੀ ਖੱਟੀ ਹੋ ਅਤੇ ਕੀ ਇਕੱਠਾ ਕਰਕੇ ਰਹਿਣਾ, ਇਹਦਾ ਹਿਸਾਬ ਜ਼ਰੂਰ ਹੋਵੇਗਾ ਇੱਕ ਇੱਕ ਚੀਜ਼ ਦਾ। ਕਿਉਂਕਿ ਬਾਣੀ ਵਿੱਚ ਲਿਖਿਆ ਹੋਇਆ ਧਰਮ ਰਾਏ ਜਦ ਲੇਖਾ ਮੰਗਦਾ ਕਿ ਆ ਮੁੱਖ ਲੈ ਕੇ ਜਾਏਗਾ, ਉਹਦੇ ਲੇਖੇ ਤੋਂ ਪਹਿਲੋਂ ਪਹਿਲੋਂ ਆਪਣਾ ਮੁੱਖ ਇੰਨਾ ਸੁਹਾਵਣਾ ਬਣਾ, ਇੰਨਾ ਸੁੰਦਰ ਬਣਾ ਕਿ ਜਦੋਂ ਕਿਤੇ ਲੇਖਾ ਹੋਵੇ ਤਾਂ ਇਹਨੂੰ ਲੇਖੇ ਦੀ ਪਰਵਾਹ ਨਾ ਹੋਵੇ, ਲੇਖੇ ਦਾ ਫਿਕਰ ਨਾ ਹੋਵੇ। ਭਗਤ ਸਾਹਿਬਾਨ ਨੇ ਬਾਣੀ ਵਿੱਚ ਬਚਨ ਦੱਸਿਆ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ, ਜਿਨ੍ਹਾਂ ਨੂੰ ਪੂਰੇ ਗੁਰੂ ਦੀ ਸਰਨ ਮਿਲ ਗਈ, ਉਹਨਾਂ ਨੇ ਤੇ ਜਿਹੜਾ ਕੋਈ ਲੇਖੇ ਕਹਿੰਦਾ ਉਹਨਾਂ ਨੂੰ ਦੌਕਾ ਮਾਰ ਕੇ ਇਹ ਗੱਲ ਕਹੀ ਆ ਵੀ ਪਰਿਵਾਰ ਪਾਰ ਕੇ ਲਾਈਆਂ ਲਿਖ ਲਿਖੋ ਆਤ ਪਤਾਲ, ਮੋਹੇ ਜਮ ਡੰਡ ਨਾ ਲੱਗਈ ਤਾਂ ਜੀ ਅਤੇ ਸਭ ਜੰਡਾਰ। ਰਵਿਦਾਸ ਜੀ ਦਾ ਇਹ ਬਚਨ ਆ, ਭਗਤ ਰਵਿਦਾਸ ਜੀ ਕਹਿੰਦੇ ਨੇ ਕੋਈ ਦੁਨੀਆਂ ਦਾ ਲੇਖਾ ਲਿਖਣ ਵਾਲਿਓ ਚਿੱਤਰ ਗੋਤੋ ਇਹ ਧਰਮਰਾਜ ਜਾਂ ਤੇਰੇ ਜਿੰਨੇ ਵੀ ਜਮ ਨੇ, ਜੇ ਤੁਹਾਡੇ ਵਿੱਚ ਜੁਰਤ ਆ ਤਾਂ ਮੇਰਾ ਲੇਖਾ ਲਿਖ ਕੇ ਦੱਸੋ। ਗੱਲ ਤੇ ਸੀ ਨਾ ਕਿ ਕੋਈ ਉਹਨਾਂ ਦੇ ਅੰਦਰ ਕੋਈ ਚੀਜ਼ ਹੈ ਸੀ, ਉਹਨਾਂ ਦੇ ਪੱਲੇ ਕੁਝ ਹੈ ਸੀ। ਉਹ ਕਹਿੰਦੇ ਆ ਜੇ ਤੁਹਾਡੇ ਵਿੱਚ ਕੋਈ ਹਿੰਮਤ ਹੈ ਤਾਂ ਮੇਰਾ ਲੇਖਾ ਲਿਖ ਕੇ ਦੱਸੋ, ਕਿਉਂਕਿ ਮੇਰੇ ਕੋਲੋਂ ਧਰਮਰਾਜ ਲੇਖਾ ਲੈ ਹੀ ਨਹੀਂ ਸਕਦਾ। ਮੈਂ ਇਹੋ ਜਿਹਾ ਦੁਨੀਆਂ 'ਤੇ ਕੰਮ ਹੀ ਕੋਈ ਨਹੀਂ ਕੀਤਾ ਜਿਹਦੇ ਨਾਲ ਮੈਂ ਲੇਖਾ ਦੇਣਾ ਹੋਵੇ, ਮੈਂ ਕੋਈ ਕੰਮ ਨਹੀਂ ਕੀਤਾ। ਕਿਉਂ? ਕਿਉਂਕਿ ਉਹ ਕਹਿੰਦੇ ਨੇ ਗੁਰੂ ਪੂਰਾ ਮਿਲ ਗਿਆ, ਸਤਿਗੁਰੂ ਪੂਰੇ ਨੇ ਸਮਝਾ ਦਿੱਤਾ ਵੀ ਦੁਨੀਆਂ ਵਿੱਚ ਕੀ ਕਰਤਾ ਤੇ ਕੀ ਨਹੀਂ। ਕਿਉਂਕਿ ਗੁਰੂ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਦਰਗਾਹ ਵੱਲ ਨੂੰ ਬਾਂਹ ਉੱਚੀ ਕਰਕੇ ਕੌਣ ਜਾਂਦੇ ਨੇ, ਉੱਚੀ ਬਾਂਹ ਕਰਨ ਦਾ ਤੁਸੀਂ ਦਾਦੇ ਬੰਦੇ ਸਾਹਿਬ ਇੱਥੇ ਸਿਆਣੇ ਪਤਾ ਹੈ, ਜਦੋਂ ਕਿਸੇ ਦੀ ਝੰਡੀ ਹੋਵੇ, ਜਦੋਂ ਕਿਸੇ ਦੀ ਜਿੱਤ ਹੋਵੇ, ਅਗਲਾ ਬਾਂਹ ਉੱਚੀ ਕਰਕੇ ਜਾਂਦਾ ਵੀ ਮੇਰੀ ਜਿੱਤ ਹੋਈ ਹੈ। ਕਈ ਦਰਗਾਹ ਵੱਲ ਨੂੰ ਉੱਚੀ ਬਾਂਹ ਕਰਕੇ ਕੌਣ ਜਾਂਦੇ ਨੇ, ਅਤੇ ਗੁਰੂ ਨਾਨਕ ਦੇਵ ਜੀ ਮਾਨੇ ਕਹਿੰਦੇ ਨੇ ਵਿੱਚ ਦੁਨੀਆਂ ਸੇਵ ਕਮਾਈਆ ਤਾਂ ਦਰਗਾਹ ਪੈਂਦਾ ਜਾਈਆ ਤਾਂ ਨਾਨਕ ਬਾਹਰ ਲੁਟਾਈਆ। ਜਿਹਨਾਂ ਲੋਕਾਂ ਨੇ ਇੱਥੇ ਸੰਸਾਰ 'ਤੇ ਆ ਕੇ ਗੁਰੂ ਦਾ ਬਚਨ ਮੰਨਣਗੇ, ਗੁਰੂ ਦਾ ਬਚਨ ਮੰਨਣਾ ਹੀ ਗੁਰੂ ਕੀ ਸੇਵਾ ਹੈ। ਜਿੱਥੇ ਸੇਵਾ ਆਖਿਆ ਨਾ ਲਿਖਿਆ, ਗੁਰੂ ਦਾ ਬਚਨ ਮੰਨਣਾ ਹੀ ਗੁਰੂ ਕੀ ਸੇਵਾ ਹੈ। ਜੇ ਬੰਦਾ ਸਾਰਾ ਦਿਨ ਗੁਰਦੁਆਰੇ ਝਾੜੂ ਫੇਰਦਾ ਰਹੇ, ਜੇ ਬੰਦਾ ਸਾਰਾ ਦਿਨ ਗੁਰਦੁਆਰਿਆਂ ਵਿੱਚ ਭਾਂਡੇ ਵੀ ਧੋਵੇ, ਸਮਾਂ ਕੱਟ ਕੱਟ ਕੇ ਆਵੇ, ਆਪਣਾ ਅਭਿਆਸ ਕਰ ਸਕਦੇ, ਇੱਥੇ ਟੋਕਰੀ ਢੋਲੇ ਜਾਂ ਕੁਛ ਵੀ ਕਰੇ, ਜੇ ਬੰਦੇ ਦੀ ਅੰਦਰ ਦੀ ਨੀਅਤ ਸਾਫ਼ ਨਹੀਂ, ਜੇ ਉਹਦੀ ਵਿਚਾਰ ਚੰਗੀ ਨਹੀਂ, ਤੇ ਉਹਦੇ ਭਾਂਡੇ ਮਾਂਜੇ ਕੁਝ ਨਹੀਂ ਕਰਦੇ, ਉਹਦਾ ਝਾੜੂ ਫੇਰਿਆ ਕੁਝ ਨਹੀਂ ਕਰੇਗਾ। ਅੰਦਰ ਦੀ ਨੀਤ, ਅੰਦਰ ਦੀ ਵਿਚਾਰ, ਉਹਦੀ ਸੋਚ ਜੇ ਚੰਗੀ ਨਹੀਂ ਤੇ ਮਾਂਜੇ ਹੋਏ ਭਾਂਡਿਆਂ ਨੇ ਬਚਾਉਣਾ ਨਹੀਂ, ਉਹਨੂੰ ਇਸ ਕੰਮ ਦਾ ਕੁਛ ਨਹੀਂ ਬਣਨਾ। ਮਾਰੇ ਕਹਿੰਦੇ ਨੇ ਗੁਰੂ ਦਾ ਬਚਨ ਮੰਨਣਾ ਹੀ ਗੁਰੂ ਕੀ ਸੇਵਾ ਹੈ, ਅਤੇ ਜਿਹਨੇ ਗੁਰੂ ਦਾ ਬਚਨ ਮੰਨ ਲਿਆ ਸਮਝੋ ਉਹਨੇ ਗੁਰੂ ਦੀ ਸੇਵਾ ਕੀਤੀ।
ਜਿਹਨਾਂ ਗੁਰੂ ਦੀ ਸੇਵਾ ਕੀਤੀ ਉਹ ਦਰਗਾਹ ਵੱਲ ਨੂੰ ਬਾਂਹ ਉੱਚੀ ਕਰਕੇ ਜਾਣਦੇ ਧਰਮ ਰਾਜ ਦੀ ਜੋਤਨੀ ਵੀ ਉਹਨਾਂ ਕੋਲੋਂ ਵੇਖਾ ਲੈਂਦੇ। ਉਹਨਾਂ ਦਾ ਇੱਕ ਇੱਕ ਸਵਾਸ ਦਰਗਾਹ ਵਿੱਚ ਲੈ ਕੇ ਲੱਗੇਗਾ ਅਤੇ ਜਿਹਨਾਂ ਨੇ ਬਚਨ ਨਾ ਮੰਨਿਆ, ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਮੇਰੇ ਸਾਹਮਣੇ ਆਇਆ ਹੈ, ਜਿਹਨਾਂ ਨੇ ਗੁਰੂ ਦੀ ਪਰਵਾਹ ਨਾ ਕੀਤੀ, ਅਕਾਲ ਪੁਰਖ ਦੇ ਸਿਮਰਨ ਨਾਲ ਨਹੀਂ ਜੁੜ ਸਕੇ, ਕਿਉਂਕਿ ਇਸ ਸੰਸਾਰ ਦੇ ਵਿੱਚ ਦੋ ਫਲ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਅੰਮ੍ਰਿਤ ਦਾ ਫਲ ਲੱਗਾ ਹੋਇਆ ਅਤੇ ਜ਼ਹਿਰ ਦਾ ਫਲ ਲੱਗਾ। ਮਹਾਰਾਜ ਕਹਿੰਦੇ ਨੇ ਸੰਸਾਰ ਜੇ ਗਰੋਤਿਆ ਇਹਨੂੰ ਦੋ ਫਲ ਲੱਗੇ ਨੇ, ਜ਼ਿੰਦਗੀ ਬੰਦੇ ਦਾ ਇਹ ਬੰਦੇ ਦੀ ਮਰਜ਼ੀ ਆ, ਭਾਵੇਂ ਅੰਮ੍ਰਿਤ ਤੋੜ ਦੇ ਅਤੇ ਭਾਵੇਂ ਜ਼ਹਿਰ ਤੋੜ ਦੇ, ਜੋ ਤੋੜੇਗਾ ਉਹ ਇਹਨੂੰ ਮਿਲ ਜਾਏਗਾ। ਅਤੇ ਜਿਹਨਾਂ ਨੇ ਜੋ ਤੋੜਿਆ ਉਹਨਾਂ ਨੂੰ ਮੁੜ ਕੇ ਉਸ ਹਿਸਾਬ ਨਾਲ ਉਹਦਾ ਲੇਖਾ ਹੋਇਆ, ਫਿਰ ਉਹਦਾ ਹਿਸਾਬ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਬਚਪਨ ਦਾ ਬਚਨ ਹੈ, ਜਨਮ ਸਾਖੀ ਦੇ ਵਿੱਚ ਬਚਨ ਲੱਭਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਸਾਹਿਬ ਬਚਪਨ ਵਿੱਚ ਜਦੋਂ ਕਿਸੇ ਨਾਲ ਕੋਈ ਬਚਨ ਨਹੀਂ ਕਰਦੇ, ਨਾ ਕਿਸੇ ਨਾਲ ਬੋਲਦੇ ਨੇ, ਨਾ ਕੋਈ ਰੋਟੀ ਪਾਣੀ ਖਾਣ, ਅਤੇ ਵੈਦ ਆਇਆ, ਵੈਦ ਨੂੰ ਲਿਆਂਦਾ ਹੈ ਬੁਲਾ ਕੇ। ਹਰਦਿਆਲ ਪੰਡਿਤ ਨੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਬਜ ਫੜੀ, ਨਬਜ ਫੜ ਕੇ ਗੁਰੂ ਨਾਨਕ ਦੇਵ ਜੀ ਦਾ ਰੋਗ ਪਛਾਣਨ ਦੀ ਕੋਸ਼ਿਸ਼ ਕਰਦਾ ਵੀ ਗੁਰੂ ਨਾਨਕ ਨੂੰ ਰੋਗ ਕਿਹੜਾ ਵੀ ਕਿਸੇ ਨਾਲ ਬੋਲਦੇ ਨੇ, ਇਹਨਾਂ ਨੂੰ ਰੋਗ ਕਿਹੜਾ ਵੀ ਇਹ ਰੋਟੀ ਪਾਣੀ ਨਹੀਂ ਖਾਂਦੇ। ਨਬਜ ਟੋਲ ਟੋ ਕੇ ਥੱਕ ਗਿਆ, ਪਰ ਵਿੱਚੋਂ ਕੁਝ ਨਹੀਂ ਲੱਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨਬਜ ਫੜ ਕੇ ਪ੍ਰਣਾਮ ਕਰਦੇ, ਹੱਥ ਕੇ ਕਹਿੰਦੇ ਨੇ, ਵੈਦ ਜੀ ਕੀ ਲੱਭਦੇ ਹੋ ਵਿੱਚੋਂ ਮੇਰੀ ਨਬਜ ਦੇ? ਕਹਿੰਦਾ ਜੀ ਮੈਂ ਨਾਨਕ ਤੇਰੀ ਨਬਜ ਫੜ ਕੇ ਰੋਗ ਲੱਭਣ ਦੀ ਕੋਸ਼ਿਸ਼ ਕਰਦਾ ਵੀ ਤੂੰ ਰੋਟੀ ਨਹੀਂ ਖਾਂਦਾ, ਤੂੰ ਕਿਸੇ ਨਾਲ ਬੋਲਦਾ ਨਹੀਂ, ਗੱਲਬਾਤ ਨਹੀਂ ਕਰਦਾ, ਤੇਰੇ ਘਰ ਦੇ ਪਰੇਸ਼ਾਨ ਨੇ, ਮੈਂ ਤੇਰੀ ਬਿਮਾਰੀ ਲੱਭ ਰਿਹਾ। ਬਿਮਾਰੀ ਵੀ ਤੈਨੂੰ ਬਿਮਾਰੀ ਕੀ ਹੈ, ਰੋਗ ਕੀ ਹੈ ਤੇਰਾ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਰੋਗ ਮੈਨੂੰ ਲੱਗਾ ਹੋਇਆ ਵੈਦ ਜੀ, ਉਹ ਨਬਜ ਵਿੱਚੋਂ ਨਹੀਂ ਲੱਭਣਾ, ਉਹ ਨਹੀਂ ਨਬਜ ਵਿੱਚੋਂ ਲੱਭਣਾ। ਬਾਣੀ ਦੇ ਬਚਨ ਇਸ ਤਰ੍ਹਾਂ ਕਹਿੰਦੇ ਨੇ, ਵੈਦ ਬੁਲਾਇਆ ਵੈਦ ਨਹੀਂ, ਪਕੜ ਟਟੋਲੇ ਬਾਂਹ, ਭੋਲਾ ਵੈਦ ਨਾ ਜਾਣੀ, ਕਰਕ ਕਰੇ ਜੇ ਮਾਂ। ਜਿਹੜੇ ਅੰਦਰ ਸੀਨੇ ਦੇ ਵਿੱਚ ਦੁੱਖ ਨੇ, ਜਿਹੜੇ ਅੰਦਰ ਵਿਚਾਰ ਆ ਮੇਰੇ ਅੰਦਰ ਜਦ ਲਈ, ਉਹ ਵਿਚਾਰ ਨਬਜਾਂ ਵਿੱਚ ਨਹੀਂ ਆਉਣੀ, ਉਹ ਨਹੀਂ ਲੱਭਣੀ ਇਹਨਾਂ ਨਬਜਾਂ ਦੇ ਵਿੱਚ। ਇਹ ਜੇ ਤੇਰੀਆਂ ਦਵਾਈਆਂ ਵਾਲੇ ਰੋਗ ਨਹੀਂ ਜਿਹੜੇ ਰੋਗ ਮੈਨੂੰ ਲੱਗੇ ਹੋਏ, ਵੈਦ ਨਾ ਭੋਲੇ ਦਾਰੂ ਲਾਏ। ਗੁਰੂ ਨਾਨਕ ਦੇਵ ਜੀ ਕਹਿੰਦੇ ਭੋਲਿਆ ਵੈਦਾ ਕੋਈ ਦਵਾਈ ਨਾ ਦੇ, ਕੋਈ ਮੇਰਾ ਇਲਾਜ ਨਾ ਕਰ, ਤੇਰੀ ਦਵਾਈ ਵਿੱਚ ਇਹ ਰੋਗ ਆਉਣਾ ਹੀ ਨਹੀਂ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਵੀ ਉਹ ਕਿਹੜਾ ਰੋਗ ਆ ਜਿਹੜਾ ਦਵਾਈ 'ਚ ਨਹੀਂ ਆਉਂਦਾ? ਹਰ ਰੋਗ ਦੀ ਦਵਾਈ ਹੈ, ਹਰ ਰੋਗ ਦਾ ਇਲਾਜ ਹੈ। ਉਹ ਕਿਹੜਾ ਰੋਗ ਆ ਜਿਹੜਾ ਦਵਾਈ ਦੇ ਵਿੱਚ ਆਉਂਦਾ ਨਹੀਂ ਤੇ ਜਿਹਦੀ ਦਵਾਈ ਹੈ ਨਹੀਂ? ਮਹਾਰਾਜ ਕਹਿੰਦੇ ਨੇ ਉਹ ਰੋਗ ਆਤਮਾ ਦੇ ਰੋਗ ਨੇ, ਉਹ ਮਨ ਦੇ ਰੋਗ ਨੇ। ਸਰੀਰ ਦੇ ਰੋਗ ਦਵਾਈਆਂ ਨਾਲ ਠੀਕ ਹੋ ਜਾਂਦੇ ਨੇ, ਜਿਹੜੇ ਮਨ ਨੂੰ ਰੋਗ ਲੱਗੇ ਨੇ ਨਾ, ਉਹਨਾਂ ਰੋਗਾਂ ਨੂੰ ਕੋਈ ਦਵਾਈ ਠੀਕ ਨਹੀਂ ਕਰ ਸਕਦੀ। ਮੈਂ ਅੱਜ ਵੀ ਸਵੇਰੇ ਵਿਚਾਰ ਕਰ ਰਿਹਾ ਸਾਂ, ਅੱਜ ਸਵੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਸੀ, ਮਹਾਰਾਜ ਵਿਚਾਰ ਕਰਕੇ ਦੱਸਦੇ ਸੀ ਵੀ ਇੱਕ ਵੈਦ ਕਿਸੇ ਬੰਦੇ ਦਾ ਇਲਾਜ ਕਰਨ ਵਾਸਤੇ ਜਾਵੇ, ਜੇ ਕਿਸੇ ਬੰਦੇ ਨੂੰ ਭੁੱਖ ਨਾ ਲੱਗੇ ਤੇ ਉਹਨੂੰ ਦਵਾਈ ਦੇ ਕੇ ਉਹਨੂੰ ਠੀਕ ਕੀਤਾ ਜਾ ਸਕਦਾ, ਜੇ ਬੰਦੇ ਨੂੰ ਬੁਖਾਰ ਚੜਿਆ ਹੋਵੇ ਤੇ ਉਹਨੂੰ ਦਵਾਈ ਦੇ ਕੇ ਠੀਕ ਕੀਤਾ ਜਾ ਸਕਦਾ, ਕਿਉਂਕਿ ਸਰੀਰ ਦਾ ਰੋਗ ਆ। ਜੇ ਸਰੀਰ ਦੇ ਰੋਗ ਤੇ ਦਵਾਈਆਂ ਨਾਲ ਠੀਕ ਹੋ ਜਾਣਗੇ। ਜੇ ਅੱਜ ਦੀ ਵਿਚਾਰ ਕਰੀਏ, ਅੱਜ ਕਿਸੇ ਬੰਦੇ ਦੇ ਮੂੰਹ ਵਿੱਚ ਥਰਮਾਮੀਟਰ ਲਾ ਕੇ ਡਾਕਟਰ ਲੋਕ ਦੱਸ ਦਿੰਦੇ ਨੇ ਕਿ ਇਹਨੂੰ ਬੁਖਾਰ ਕਿੰਨਾ, 100 ਬੁਖਾਰ ਆ ਕਿ 101 ਆ ਕਿ 102 ਆ ਕਿ ਕਿੰਨਾ ਬੁਖਾਰ ਆ। ਬਲੱਡ ਪ੍ਰੈਸ਼ਰ ਵਾਲੀ ਮਸ਼ੀਨ ਲਾ ਕੇ ਆਪਣੇ ਦੱਸ ਦਿੰਦੇ ਨੇ ਕਿ ਇਹਦਾ ਬਲੱਡ ਪ੍ਰੈਸ਼ਰ ਕਿੰਨਾ ਹੈ, ਵਧਿਆ ਹੈ ਕਿ ਘਟਿਆ ਹੈ। ਇਹ ਸਰੀਰ ਦੇ ਰੋਗ ਦੱਸੇ ਜਾ ਸਕਦੇ ਨੇ, ਪਰ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਸੀ ਅੱਜ ਤੱਕ ਇੱਦਾਂ ਦਾ ਕੋਈ ਮੀਟਰ ਨਹੀਂ ਬਣਿਆ। ਜੇ ਬੰਦੇ ਦੇ ਅੰਦਰ ਲਾਲਚ ਹੋਵੇ, ਬੰਦੇ ਦੇ ਅੰਦਰ ਹੇਰਾ ਫੇਰੀ ਹੋਵੇ, ਬੇਈਮਾਨੀ ਹੋਵੇ, ਠੱਗੀ ਖੋਰੀ ਹੋਵੇ, ਅੱਜ ਤੱਕ ਕੋਈ ਥਰਮਾਮੀਟਰ ਨਹੀਂ ਬਣਿਆ ਵੀ ਕਿਸੇ ਦੇ ਮੂੰਹ ਵਿੱਚ ਪਾ ਕੇ ਦੱਸਿਆ ਜਾਵੇ ਵੀ ਇਸ ਬੰਦੇ ਦੇ ਅੰਦਰ ਲਾਲਚ ਕਿੰਨਾ ਗਿਆ, ਇਸ ਬੰਦੇ ਦੇ ਅੰਦਰ ਬੇਈਮਾਨੀ ਕਿੰਨੀ ਗਿਆ। ਕਿਸੇ ਕੋਈ ਇੱਦਾਂ ਦੀ ਮਸ਼ੀਨ ਨਹੀਂ ਬਣੀ ਕਿ ਬੰਦੇ ਦੀ ਬਾਂਹ ਨੂੰ ਲਾਓ ਜਿੱਦਾਂ ਬਲੱਡ ਪ੍ਰੈਸ਼ਰ ਚੈੱਕ ਕਰੀਦਾ, ਬੰਦੇ ਦੇ ਮੂੰਹ ਵਿੱਚ ਥਰਮਾਮੀਟਰ ਪਾਓ ਜਿੱਦਾਂ ਬੁਖਾਰ ਚੈੱਕ ਕਰੀਦਾ। ਕੋਈ ਵੀ ਮਸ਼ੀਨ ਇੱਦਾਂ ਦੀ ਅੱਜ ਤੱਕ ਤਿਆਰ ਨਹੀਂ ਹੋਈ ਵੀ ਦੱਸ ਸਕੇ ਵੀ ਇਹਦੇ ਅੰਦਰ ਲਾਲਚ ਕਿੰਨਾ ਗਿਆ, ਇਹਦੇ ਅੰਦਰ ਕਾਮ ਕਿੰਨਾ ਗਿਆ, ਇਹਦੇ ਅੰਦਰ ਕ੍ਰੋਧ ਕਿੰਨਾ ਗਿਆ, ਇਹ ਨਹੀਂ ਕੋਈ ਬਣੀ। ਇਹ ਫਿਰ ਕਿੱਥੋਂ ਪਤਾ ਲੱਗਦਾ? ਸਾਹਿਬ ਕਹਿੰਦੇ ਨੇ ਜਦੋਂ ਬੰਦਾ ਸੰਗਤ ਵਿੱਚ ਆਏਗਾ ਨਾ,
ਸ਼ਬਦ ਦੀ ਵਿਚਾਰ ਜਦੋਂ ਹੋਏਗੀ ਤੇ ਬੰਦੇ ਨੂੰ ਫਿਰ ਉਸ ਚੀਜ਼ ਦਾ ਮੁਕਾਬਲੀ ਹੈ ਸ਼ਬਦ ਦੀ ਵਿਚਾਰ ਪਤਾ ਲੱਗ ਜਾਂਦਾ ਵੀ ਮੇਰੇ ਅੰਦਰ ਕੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਜਦ ਜੀ ਸਰੀਰ ਦੇ ਰੋਗ ਤੇ ਦਵਾਈਆਂ ਠੀਕ ਕਰ ਦੇਣਗੀਆਂ, ਜਿਹੜੇ ਮਨ ਨੂੰ ਰੋਗ ਲੱਗੇ ਨੇ ਉਹ ਦਵਾਈਆਂ ਨੇ ਠੀਕ ਨਹੀਂ ਕਰਦੇ। ਉਹ ਕਹਿੰਦਾ ਹੈ ਕਿ ਫਿਰ ਰੋਗ ਲੱਗੇ ਕਿਉਂ ਨੇ, ਤਿੰਨ ਤਰੀਕੇ ਨੇ ਵਾਤ ਪਿੱਤ ਤੇ ਕੱਖ, ਜਿਹਨਾਂ ਨਾਲ ਬੰਦਾ ਬਿਮਾਰ ਹੁੰਦਾ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਵੀ ਪੌਦੇ ਰੋਗ ਲੱਗੇ ਕਿਉਂ ਨੇ ਬਾਰੇ ਕਹਿੰਦੇ ਨੇ, ਸੁਣੋ ਵੀ ਇਹ ਰੋਗ ਲੱਗੇ ਕਿਉਂ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਖਸਮ ਵਿਸਾਰ ਕੀ ਇਹ ਰਸ ਭੋਗ, ਤਾਂ ਤਨ ਉੱਟ ਬਨੋਏ ਰੋਗ। ਜਿਹਨਾਂ ਲੋਕਾਂ ਨੂੰ ਅਕਾਲ ਪੁਰਖ ਦਾ ਨਾਮ ਭੁੱਲ ਗਿਆ ਉਹਨਾਂ ਦੇ ਮਨ ਨੂੰ ਉਹਨਾਂ ਦੀ ਆਤਮਾ ਨੂੰ ਇਹ ਰੋਗ ਲੱਗਦੇ ਨੇ, ਜਿਹਨਾਂ ਲੋਕਾਂ ਦੇ ਨਾਲ ਪਰਮਾਤਮਾ ਦੇ ਚਰਨਾਂ ਨੂੰ ਬੰਦਾ ਟੁੱਟ ਜਾਂਦਾ। ਖਸਮ ਵਿਸਾਰ ਕੀ ਇਹ ਰਸ ਭੋਗ, ਤਾਂ ਤਨ ਉੱਟ ਬਨੋਏ ਰੋਗ। ਮਨ ਅੰਦੇ ਕੋ ਮੇਰੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ, ਭੋਲਿਆ ਵੈਦਾ ਦਵਾਈਆਂ ਵਾਲੀ ਪਟਾਰੀ ਨਾ ਕੋਲ। ਸਰੀਰ ਨੂੰ ਰੋਗ ਲੱਗਾ ਹੋ ਤੇ ਤੂੰ ਦਵਾਈ ਦਏਗਾ, ਜਿਹਨਾਂ ਦੇ ਮਨ ਨੂੰ ਰੋਗ ਲੱਗ ਗਿਆ ਉਹਨਾਂ ਨੂੰ ਕਿਹੜੀ ਦਵਾਈ ਦਏਗਾ, ਉਹਨਾਂ ਵਾਸਤੇ ਤੇ ਕੋਈ ਦਵਾਈ ਬਣੀ ਨਹੀਂ ਅਜੇ ਤੱਕ। ਖਸਮ ਵਿਸਾਰ ਕੀ ਇਹ ਰਸ ਭੋਗ, ਜਿਹਨਾਂ ਨੇ ਦੁਨੀਆਂ ਦੇ ਅੰਤ ਤੇ ਚੰਗਾ ਖਾਧਾ, ਚੰਗਾ ਪਹਿਨਿਆ, ਚੰਗੇ ਕੱਪੜੇ ਹੰਢਾਏ, ਚੰਗੇ ਸਮਾਜ ਵਿੱਚ ਰਹੇ, ਸਭ ਕੁਝ ਚੰਗਾ ਭੋਗ ਕੇ, ਪਰ ਜਿਹਨਾਂ ਨੂੰ ਕਰਤਾ ਪੁਰਖ ਭੁੱਲ ਗਿਆ ਉਹਨਾਂ ਨੂੰ ਉਹ ਰੋਗ ਲੱਗਣ ਕੇ, ਜਿਹਨਾਂ ਲੋਕਾਂ ਦੀ ਮੁੜ ਕੇ ਕੋਈ ਇਲਾਜ ਹੀ ਨਹੀਂ, ਜਿਹਨਾਂ ਲੋਕਾਂ ਦੀ ਕੋਈ ਦਵਾਈ। ਉਹ ਫਿਰ ਅੱਗੋਂ ਪੁੱਛਦਾ ਵੀ ਜੇ ਇੰਨਾ ਕੁਝ ਦੱਸ ਦਿੱਤਾ ਸੀ ਤੇ ਕਿਰਪਾ ਕਰਕੇ ਵੀ ਦੱਸ ਦਿਓ ਵੀ ਉਹਨਾਂ ਲੋਕਾਂ ਦੇ ਨਾਂ ਕੀ ਹੈ ਜਿਹੜੇ ਰੋਗ ਨੇ, ਇੰਨਾ ਕੁਝ ਤੁਸੀਂ ਦੱਸਤਾ ਤੇ ਹੁਣ ਲੋਕਾਂ ਦੇ ਨਾਂ ਵੀ ਦੱਸੋ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਹਨਾਂ ਲੋਕਾਂ ਦੇ ਨਾਂ ਇਹ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਾਂ ਮਲੂਦ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਰੋਗ ਗੁਰੂ ਨਾਨਕ ਦੇਵ ਜੀ ਨੇ ਦੱਸੇ ਜਿਹੜੇ ਬੰਦੇ ਨੂੰ ਲੱਗੇ ਹੋਏ। ਸਭ ਨੇ ਆਖਿਆ ਦੁੱਖ ਵਿਛੋੜਾ, ਇੱਕ ਤੇ ਬੰਦੇ ਨੂੰ ਇਹ ਦੁੱਖ ਲੱਗਾ ਹੋਇਆ ਜੇ ਵੀ ਕੀਤੇ ਹੋਏ ਕਰਮਾਂ ਦੇ ਕਰਕੇ ਬੰਦਾ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟ ਗਿਆ। ਦੁੱਖ ਵਿਛੋੜਾ ਇੱਕ ਇਹ ਵੱਡਾ ਦੁੱਖ ਹੈ। ਇੱਕ ਦੁੱਖ ਭੂਖ ਬਾਰੇ ਕਹਿੰਦੇ ਨੇ, ਇੱਕ ਤੇ ਇਹ ਅੱਗੇ ਪਰਮਾਤਮਾ ਦੇ ਚਰਨਾਂ ਨੂੰ ਟੁੱਟਾ ਹੋਇਆ ਸੀ ਤੇ ਦੂਜਾ ਇਹਨੂੰ ਦੁੱਖ ਇਹ ਲੱਗਾ ਵੀ ਦੁਨੀਆਂ ਤੇ ਆ ਕੇ ਇਹਨੂੰ ਮਾਇਆ ਨੇ ਇੰਨਾ ਘੇਰਾ ਪਾ ਲਿਆ, ਮਾਇਆ ਦੀ ਭੁੱਖ ਇਹਦੇ ਅੰਦਰ ਇੰਨੀ ਜ਼ਿਆਦਾ ਵੜ ਗਈ। ਗੱਲ ਇਹ ਨਹੀਂ ਕਿ ਲੋਕੀ ਰੋਟੀ ਪਾਣੀ ਦਾ ਪ੍ਰਬੰਧ ਕਰਦੇ ਨੇ, ਰੋਟੀ ਪਾਣੀ ਦਾ ਪ੍ਰਬੰਧ ਤੇ ਸਹਿਜੇ ਹੀ ਹੋ ਜਾਂਦਾ, ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਢਿੱਡ ਦੀ ਭੁੱਖ ਹੋਵੇ ਤੇ ਰੋਟੀ ਖਵਾ ਕੇ ਕਿਸੇ ਨੂੰ ਬੰਦੇ ਨੂੰ ਰਜਾ ਦਿੱਤਾ ਜਾਏਗਾ। ਜਿਹਦੇ ਮਨ ਵਿੱਚ ਭੁੱਖ ਵੜ ਜੇ ਉਸ ਬੰਦੇ ਨੂੰ ਹੁਣ ਕੌਣ ਰਜਾਊਗਾ, ਜਿਹਦੇ ਮਨ ਵਿੱਚ ਭੁੱਖ ਵੜ ਗਈ ਉਹਨੂੰ ਕੌਣ ਰਜਾਏਗਾ। ਪੇਟ ਭੁੱਖਾ ਹੈ ਬੰਦੇ ਦੇ ਅੱਗੇ ਪ੍ਰਸ਼ਾਦਾ ਰੱਖ ਬੰਦਾ ਰੱਜ ਜਾਏਗਾ, ਪਰ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਕਹਿ ਦਿੱਤਾ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜੇ ਬੰਦੇ ਦੇ ਮਨ ਵਿੱਚ ਲਾਲਚ ਵੜ ਗਿਆ, ਬੰਦੇ ਦੇ ਅੰਦਰ ਭੁੱਖ ਵੜ ਗਈ, ਉਹ ਭੁੱਖ ਨੂੰ ਠੀਕ ਨਹੀਂ ਕਰ ਸਕਦਾ, ਕਿਉਂਕਿ ਇਹ ਵੀ ਰੋਗ ਹੈ। ਮੈਂ ਕਈ ਵਾਰੀ ਵਿਚਾਰ ਰੱਖੀ ਹੈ, ਇੱਕ ਬਾਦਸ਼ਾਹ ਸੀ ਰਾਜਕੁਮਾਰ ਸੀ, ਉਹਨੇ ਆਪਣੇ ਦਰਬਾਰੀਆਂ ਦੇ ਅੱਗੇ ਕਈ ਵਾਰੀ ਇਹ ਸਵਾਲ ਰੱਖਿਆ। ਉਹਨਾਂ ਨੂੰ ਆਖਣ ਲੱਗਾ ਕਿ ਜੇ ਮੈਂ ਆਪਣੇ ਘਰ ਵੱਲ ਝਾਤੀ ਮਾਰਾਂ ਤੇ ਮਾਇਆ ਦੀ ਮੇਰੇ ਕੋਲ ਕਮੀ ਕੋਈ ਨਹੀਂ, ਬਹੁਤ ਖਜ਼ਾਨੇ ਭਰੇ ਹੋਏ ਨੇ, ਬਹੁਤ ਕੁਝ, ਪਰ ਪਤਾ ਨਹੀਂ ਕੀ ਕਰ ਰਿਹਾ। ਜਦੋਂ ਵੀ ਮੈਂ ਬਹਿਣਾ ਨਾ, ਸਾਰੀ ਮਾਇਆ ਵੱਲ ਵੇਖ ਕੇ, ਧਨ ਦੌਲਤ ਵੱਲ ਵੇਖ ਕੇ ਮੇਰਾ ਮਨ ਨਹੀਂ ਭਰਦਾ, ਮੇਰਾ ਜੀ ਕਰਦਾ ਵੀ ਮਾਇਆ ਹੋਰ ਆਉਣੀ ਚਾਹੀਦੀ, ਅਜੇ ਥੋੜ੍ਹੀ ਆਪਣਾ, ਅਜੇ ਹੋਰ ਕਿਤੇ ਆਉਣਾ ਚਾਹੀਦਾ। ਅਤੇ ਇਹਦਾ ਇਲਾਜ ਕੀ ਹੈ, ਸਾਰਿਆਂ ਨੂੰ ਪੁੱਛਿਆ ਇਹਦਾ ਇਲਾਜ ਕੀ ਹੈ, ਮਾਇਆ ਦੀ ਘਾਟ ਕੋਈ ਨਹੀਂ। ਉਹਨਾਂ ਕਹਿੰਦੇ ਸਾਡੇ ਕੋਲ ਇਹਦਾ ਇਲਾਜ ਕੋਈ ਨਹੀਂ, ਅਸੀਂ ਨਹੀਂ ਤੈਨੂੰ ਕੋਈ ਦੱਸ ਸਕਦੇ। ਉਹ ਪੁੱਛਦਾ ਰਿਹਾ ਵੀ ਕੋਈ ਮੇਰੇ ਸਵਾਲ ਦਾ ਜਵਾਬ ਦੇ ਸਕਦਾ, ਵੀ ਮੈਂ ਰੱਜੂਗਾ ਕਦੋਂ, ਮਾਇਆ ਤਾਂ ਮੇਰੇ ਕੋਲ ਬਹੁਤ ਹੈ, ਮੈਂ ਰੱਜੂਗਾ ਕਦੋਂ। ਕਿਸੇ ਨੇ ਜਵਾਬ ਨਾ ਦਿੱਤਾ। ਕੋਈ ਬੰਦਾ ਦਾਣਾ ਟੱਕਰ ਗਿਆ, ਉਹਦੇ ਅੱਗੇ ਉਹਨੇ ਗੱਲ ਕੀਤੀ ਬਈ ਕਈ ਵਾਰੀ ਦੁਨੀਆਂ ਨੂੰ ਲੁੱਟਿਆ, ਕਈ ਵਾਰੀ ਸਾਰੇ ਪ੍ਰਬੰਧ ਕਰਕੇ ਤੇ ਮਾਇਆ ਆਪਣੇ ਘਰ ਸਾਰੀ ਇਕੱਠੀ ਕਰ ਲਈ, ਪਰ ਮੈਂ ਰੱਜਦਾ ਨਹੀਂ, ਮੈਂ ਰੱਜੂਗਾ ਕਦੋਂ। ਉਹਨਾਂ ਕਿਹਾ ਤੇ ਇਹ ਸਵਾਲ ਦਾ ਜਵਾਬ ਸਾਡੇ ਸ਼ਹਿਰ ਦੇ ਬਾਹਰ ਵਾਰ ਬੰਦਗੀ ਵਾਲੇ ਪੁਰਖ ਰਹਿੰਦੇ ਨੇ, ਉਹਨਾਂ ਸੰਤਾਂ ਮਹਾਂਪੁਰਖਾਂ ਨੂੰ ਪੁੱਛਣਾ ਹੋ ਸਕਦਾ ਤੇਰੇ ਸਵਾਲ ਦਾ ਜਵਾਬ ਦੇ ਦੇ। ਵਾਰਨ ਲੱਗਾ ਠੀਕ ਹੈ, ਮੈਂ ਉੱਥੇ ਚਲ ਜਾਣਾ। ਘੋੜੇ 'ਤੇ ਚੜ੍ਹਿਆ, ਨਾਲ ਬੰਦੇ ਪੰਜ ਸੱਤ ਰਹੇ, ਰਾਜਕੁਮਾਰ ਸੀ,
ਉਹਨਾਂ ਮਹਾਂਪੁਰਖਾਂ ਦੇ ਕੋਲ ਚਲਿਆ ਗਿਆ, ਜਾ ਕੇ ਨਮਸਕਾਰ ਕਰਦੇ ਵੀ ਇਹਨਾਂ ਦੀ ਮੇਰੀ ਇੱਕ ਬੇਨਤੀ ਗੁਰਦਾ ਅੱਗੇ ਦੱਸੋ। ਗੁਰਦਾ ਜੀ ਬੇਨਤੀ ਇਹ ਆ ਵੀ ਘਰ ਵਿੱਚ ਤਾਂ ਬਹੁਤ ਕੁਝ ਆ, ਹੁਣ ਰਾਜਿਆਂ ਦੀ ਗਿਣਤੀ ਕਰਕੇ ਦੱਸਣ ਦੀ ਲੋੜ ਨਹੀਂ ਵੀ ਸਾਡੇ ਘਰ ਖਜ਼ਾਨਾ ਕਿੰਨਾ ਕੰਮ ਆਇਆ ਕਿ ਨਹੀਂ ਹੈ। ਪਰ ਪਤਾ ਨਹੀਂ ਕੀ ਗੱਲ ਆ, ਮੇਰਾ ਮਨ ਨਹੀਂ ਲੱਗਦਾ, ਮਨ ਦੇ ਵਿੱਚ ਉਸੇ ਤਰ੍ਹਾਂ ਹੀ ਕਾਂਗ ਲੱਗੀ ਰਹਿੰਦੀ ਹੈ ਵੀ ਮਾਇਆ ਬੋਲ ਆਵੇ ਅਤੇ ਮਨ ਮੇਰਾ ਰੱਜੇਗਾ ਕਿੱਦਾਂ। ਉਹ ਆਖਦੇ ਨੇ ਵੀ ਮੇਰੇ ਇਹ ਸਵਾਲ ਦਾ ਜਵਾਬ ਦਿਓ। ਉਹਨਾਂ ਕਿਹਾ ਤੇਰੇ ਸਵਾਲ ਦਾ ਜਵਾਬ ਸਾਡੇ ਕੋਲ ਹੈ, ਅਸੀਂ ਦਿੰਦੇ ਹਾਂ ਤੇਰੇ ਸਵਾਲ ਦਾ ਜਵਾਬ, ਬਸ ਜੇਕਰ ਕੰਮ ਕਰ ਵੀ ਸਾਡੇ ਨਾਲ ਖੂਹ 'ਤੇ ਜਾ। ਅਤੇ ਉੱਥੇ ਜਾ ਕੇ ਜੋ ਅਸੀਂ ਕਰਾਂਗੇ ਤੂੰ ਵੇਖੀ ਜਾਈ, ਸਾਨੂੰ ਰੋਕੀ ਨਾ, ਜੇ ਤੂੰ ਰੋਕਿਆ ਤਾਂ ਤੇਰੇ ਸਵਾਲ ਦਾ ਜਵਾਬ ਨਹੀਂ ਉਹ ਦਿੱਤਾ ਜਾਣਾ। ਉਹ ਆਉਂਦਾ ਨਹੀਂ ਜੀ, ਤੁਸੀਂ ਕਰੋ ਜੋ ਕਰੋਗੇ ਮੈਂ ਖਲੋ ਕੇ ਵੇਖਾਂਗਾ। ਕਹਿੰਦੇ ਠੀਕ ਹੈ। ਉਹ ਜਿਹੜੇ ਸਤਪੁਰਖ ਸੀ ਬਦਲੀ ਵਾਲੇ ਉਸ ਰਾਜਕੁਮਾਰ ਨੂੰ ਇੱਕ ਖੂਹ 'ਤੇ ਲੈ ਕੇ ਚਲੇ ਗਏ। ਉੱਥੇ ਇੱਕ ਬਾਲਟੀ ਪਈ ਹੋਈ ਸੀ, ਰੱਸਾ ਬੱਝਾ ਹੋਇਆ ਸੀ ਨਾਲ। ਉਹਨਾਂ ਨੇ ਬਾਲਟੀ ਖੂਹ ਵਿੱਚ ਸੁੱਟੀ, ਪਾਣੀ ਦੀ ਭਰ ਗਈ। ਜਦੋਂ ਬਾਲਟੀ ਉੱਪਰ ਦਿੱਤੀ ਤਾਂ ਬਾਲਟੀ ਫਿਰ ਖਾਲੀ ਹੋ ਗਈ। ਉਹਨਾਂ ਫਿਰ ਬਾਲਟੀ ਖੂਹ ਵਿੱਚ ਸੁੱਟੀ, ਜਦੋਂ ਉੱਪਰ ਕੀਤੀ ਤਾਂ ਬਾਲਟੀ ਥੱਲੇ ਖੂਹ ਵਿੱਚ ਪਾਣੀ ਦੀ ਭਰ ਜਾਂਦੀ ਸੀ। ਜਦੋਂ ਉੱਪਰ ਖਿੱਚਦੇ ਸੀ ਤਾਂ ਬਾਲਟੀ ਦੇ ਵਿੱਚ ਘੁੱਟ ਪਾਣੀ ਵੀ ਨਹੀਂ ਸੀ ਹੁੰਦਾ, ਖਾਲੀ ਹੋ ਜਾਂਦੀ ਸੀ। ਜਦੋਂ 2, 4, 5, 10 ਵਾਰੀ ਇੱਦਾਂ ਕੀਤਾ ਤਾਂ ਰਾਜਕੁਮਾਰ ਕਹਿੰਦਾ ਜੀ ਮਾਫ ਕਰਿਓ, ਤੁਸਾਂ ਤਾਂ ਕਿਹਾ ਸੀ ਬੋਲਿਓ ਨਾ, ਪਰ ਮੈਨੂੰ ਬੋਲਣਾ ਹੀ ਪੈਣਾ ਵਿੱਚ, ਇਹ ਕੰਮ ਗਲਤ ਹੋ ਰਿਹਾ ਜੋ ਤੁਸੀਂ ਕੰਮ ਕਰ ਰਹੇ ਹੋ। ਕਹਿੰਦੇ ਆ ਜੇ ਆਪਣੇ ਸਵਾਲ ਦਾ ਜਵਾਬ ਲੈਣਾ ਤਾਂ ਬਿਲਕੁਲ ਚੁੱਪ ਕਰਕੇ ਖਲੋਤਾ ਖਲੋਤਾ ਰਿਹਾ। ਉਹਨਾਂ 5-7 ਵਾਰੀ ਫਿਰ ਇੱਦਾਂ ਕੀਤਾ, ਬਾਲਟੀ ਥੱਲੇ ਭਰੇ, ਉੱਧਰ ਆਏ ਤਾਂ ਖਾਲੀ ਹੋ ਜੇ। ਉਹ ਕਹਿੰਦਾ ਵੀ ਹੁਣ ਤਾਂ ਹਾਜ਼ਰੀ ਹੋ ਗਈ, ਹੁਣ ਨਹੀਂ ਚੁੱਪ ਰਿਹਾ ਜਾਂਦਾ। ਮੈਂ ਤਾਂ ਸਮਝਦਾ ਸਮਝ ਤੁਸੀਂ ਬੜੇ ਸਿਆਣੇ ਜੇ, ਪਰ ਇਹ ਤਾਂ ਬੜੀਆਂ ਨਿਆਣਿਆਂ ਵਾਲੀਆਂ ਗੱਲਾਂ ਕਰਦੇ ਜੀ ਤੁਸੀਂ। ਉਹ ਆਖਣ ਲੱਗੇ ਕੀ ਹੋਇਆ? ਕਹਿੰਦਾ ਜੀ ਆਹ ਜਿਹੜੀ ਬਾਲਟੀ ਨੂੰ ਭਰਨ ਦੀ ਕੋਸ਼ਿਸ਼ ਕਰਦੇ ਹੋ, ਇਹ ਬਾਲਟੀ ਨਹੀਂ ਭਰਨੀ, ਕਦੀ ਵੀ ਨਹੀਂ ਭਰਨੀ, ਭਾਵੇਂ ਸਾਰੀ ਜ਼ਿੰਦਗੀ ਲੱਗੇ ਰਹੋ। ਉਹ ਆਖਦੇ ਜੀ ਕਿਉਂ ਨਹੀਂ ਭਰਨੀ? ਆਂਦਾ ਬਾਲਟੀ ਤੁਸੀਂ ਥੱਲੇ ਛੁੱਟਦੇ ਹੋ, ਖੂਹੇ 'ਤੇ ਬਾਲਟੀ ਭਰ ਜਾਂਦੀ ਆ, ਜਦੋਂ ਉੱਪਰ ਚੁੱਕਦੇ ਹੋ ਖਾਲੀ ਹੋ ਜਾਂਦੀ ਆ। ਖਾਲੀ ਇਸ ਕਰਕੇ ਹੋ ਜਾਂਦੀ ਆ ਵੀ ਸਾਨੂੰ ਨਹੀਂ ਬਾਲਟੀ ਦਾ ਤਾਂ ਥੱਲਾ ਹੀ ਹੈ ਨਹੀਂ। ਜਦੋਂ ਬਾਲਟੀ ਦਾ ਥੱਲਾ ਹੀ ਨਹੀਂ ਹੈਗਾ ਤਾਂ ਇਹਨੂੰ ਸਾਰੀ ਜ਼ਿੰਦਗੀ ਲੱਗੇ ਰਹੋ, ਤਾਂ ਇਹ ਬਾਲਟੀ ਭਰ ਨਹੀਂ ਸਕਦੀ। ਉਹਨਾਂ ਨੇ ਉੱਤੇ ਬਾਲਟੀ ਲਾ ਕੇ ਆਖਿਆ ਵੀ ਤੂੰ ਪੁੱਛਿਆ ਸੀ ਭਾਈ ਧਨ ਦੌਲਤ ਘਰ ਬਹੁਤ ਕੁਝ ਆ, ਪਦਾਰਥ ਬੜੇ ਨੇ, ਪਰ ਮੇਰਾ ਮਨ ਨਹੀਂ ਰੱਜਦਾ। ਰਾਜਨ ਤੇਰੇ ਸਿਦਕ ਦਾ ਥੱਲਾ ਟੁੱਟ ਗਿਆ ਹੈ, ਸੰਤੋਖ ਦਾ ਥੱਲਾ ਟੁੱਟ ਗਿਆ ਹੈ। ਜੇ ਬੰਦੇ ਨੂੰ ਸਿਦਕ ਸੰਤੋਖ ਨਾ ਹੋਵੇ ਤਾਂ ਬੰਦਾ ਕਦੀ ਰੱਜ ਨਹੀਂ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇਹੋ ਆਖਿਆ ਵੀ ਬਿਨਾਂ ਸੰਤੋਖ ਨਹੀਂ ਕੋਈ ਰਾਜਾ, ਸੁਖਨ ਮਨੋਰਥ ਮਿਲ ਕੇ ਸਭ ਕਾਜੇ। ਗੱਲ ਇਹ ਨਹੀਂ ਵੀ ਸਾਨੂੰ ਮਾਇਆ ਕਿਹਨੂੰ ਨਹੀਂ ਚਾਹੀਦੀ, ਮਾਇਆ ਜਿਹਦੇ ਅੰਦਰ ਇੱਕ ਵਾਰੀ ਕੌੜ ਚੱਲ ਜੇ ਉਹਦੇ ਸਾਰੇ ਰੋਗ ਬਾਹਰ ਨਿਕਲ ਜਾਣ। ਆਪਣੀ ਬਚਨ ਕਰਕੇ ਮੈਂ ਬੰਦੇ ਬੁਲਾਵਾਂ, ਗੁਰੂ ਵਾਲਾ ਬਣਨਾ ਕਿਉਂ ਜ਼ਰੂਰੀ ਹੈ? ਕਲਗੀ ਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਕਿ ਜਿੰਨੇ ਅਸੀਂ ਆਏ ਹਾਂ ਅਸੀਂ ਜਾਣਾ ਹੀ ਜਾਣਾ ਇੱਕ ਦਿਨ, ਅਤੇ ਬਚਨ ਹੋ ਰਿਹਾ ਸੀ ਵੀ ਦਰਗਾਹ ਵਿੱਚ ਬਾਂਹ ਉੱਚੀ ਕਰਕੇ ਕੌਣ ਜਾਂਦੇ ਨੇ, ਕੌਣ ਨਾਨਕ ਬਾਂਹ ਜੁੜਾਈ ਹੈ, ਕਿਹਨਾਂ ਦੀ ਬਾਂਹ ਉੱਚੀ ਹੋਊਗੀ। ਗਰੀਬਨ ਵਾਲੀ ਘੋੜੇ 'ਤੇ ਚੜ੍ਹੇ, ਘੋੜਾ ਤਿਆਰ ਹੋ ਗਿਆ, ਹਜੇ ਚੜ੍ਹੇ ਨਹੀਂ, ਰਕਾਬ 'ਤੇ ਰੱਖਿਆ ਪੈਰ ਕਲਗੀ ਵਾਲੇ ਪਾਤਸ਼ਾਹ ਜੀ ਨੇ। ਅਤੇ ਮਹਾਰਾਜਾ ਜੀ ਇੱਕ ਕਵੀ ਆਇਆ ਜਿਹਦਾ ਨਾਂ ਸੀ ਭਾਈ ਹੀਰ। ਭਾਈ ਹੀਰ ਨੇ ਆ ਕੇ ਜਦੋਂ ਮਹਾਰਾਜ ਨੂੰ ਮੱਥਾ ਟੇਕਿਆ ਅਤੇ ਸਭ ਕਹਿੰਦੇ ਨੇ ਕਵੀ ਜੀ ਬੜੇ ਢੁਕਵੇਂ ਸਮੇਂ 'ਤੇ ਆਏ ਜੇ, ਅਤੇ ਇੱਦਾਂ ਕਰੋ ਵੀ ਅਸੀਂ ਘੋੜੇ 'ਤੇ ਚੜ੍ਹਨ ਲੱਗੇ ਸਾਂ ਅਤੇ ਸਿੱਖਾਂ ਨੇ ਵਜਾਇਆ ਰਣਜੀਤ ਨਗਾਰਾ, ਇਹ ਨਗਾਰਾ ਸਿੱਖ ਵਜਾਉਂਦੇ ਸੁਣ ਲਿਆ? ਕਹਿੰਦਾ ਜੀ ਸੁਣ ਲਿਆ। ਅਤੇ ਮਹਾਰਾਜ ਕਹਿੰਦੇ ਨੇ ਨਗਾਰਾ ਕੀ ਕਹਿੰਦਾ? ਜੋ ਨਗਾਰਾ ਸੰਦੇਸ਼ ਦੇ ਰਿਹਾ ਇਹ ਐਵੇਂ ਨਹੀਂ ਨਾ ਵੱਜਦਾ ਕੋਈ ਨਾ ਕੋਈ ਗੱਲ ਹੋਊਗੀ, ਉਹ ਸੰਦੇਸ਼ ਦੱਸੋ ਵੀ ਕੀ ਕਹਿੰਦਾ। ਉਹ ਭਾਈ ਹੀਰ ਆਖਣ ਲੱਗਾ ਮਹਾਰਾਜ ਜੀ ਇਹ ਅਸੀਂ ਪ੍ਰਚਾਰ ਲੋਕਾਂ ਵਾਸਤੇ ਕਰਦੇ ਹਾਂ, ਤੁਹਾਡੇ ਵਾਸਤੇ ਨਹੀਂ ਕਰਦੇ, ਤੁਹਾਨੂੰ ਨਹੀਂ ਦੱਸ ਸਕਦੇ। ਮਹਾਰਾਜ ਕਹਿੰਦੇ ਨਹੀਂ ਇਹ ਨਹੀਂ ਗੱਲ, ਦੁਨੀਆਂ ਦੇ ਭਲੇ ਵਾਸਤੇ ਕਹਿ ਦੇ ਕਿਉਂਕਿ ਤੁਸੀਂ ਕਵੀ ਜੇ, ਕਵੀਆਂ ਦੇ ਰਿਵਾਜ਼ ਬੜੇ ਸੋਹਣੇ ਹੁੰਦੇ ਨੇ, ਦੋ ਅੱਖਰ ਦੁਨੀਆਂ ਦੇ ਭਲੇ ਨਹੀਂ ਕਹਿ ਦੇ। ਉਹ ਕਹਿੰਦਾ ਸੁਣੋ ਫਿਰ ਉਹਨੇ ਉੱਥੇ ਖਲੋਤਿਆਂ ਸ਼ੇਰ ਬਣਾਇਆ ਅਤੇ ਸਾਡੇ ਜਿਹੜੇ ਕਵੀਆਂ ਵਾਲੇ ਪਾਤਸ਼ਾਹ ਜੀ ਦੀ ਗਾਇਰੀ ਵਿਕਣ ਵਾਲੇ ਸਿੱਖ ਸੀ ਭਾਈ ਚੋਪਾ ਸਿੰਘ ਵਰਗੇ, ਉਹਨਾਂ ਉਸੇ ਵੇਲੇ ਦੇਖ ਲਿਆ ਕਿ ਅੱਜ ਮਹਾਰਾਜ ਜੀ ਹਜ਼ੂਰੀ 'ਚ ਭਾਈ ਹੀਰ ਨੇ ਆਹ ਸ਼ੇਰ ਸੁਣਾਇਆ। ਉਹ ਸ਼ੇਰ ਸੀ ਕਿ ਸਤਿਗੁਰੂ ਜੀ ਦੁਆਰਾ ਤਮਾਮਾ ਨਾ ਬਜਤ ਕਹਿਤ ਪੁਕਾਰ ਪੁਕਾਰ, ਹਰ ਨਾ ਭਜੇ ਅਤੇ ਪਸ਼ੂ ਭਏ ਪਰਤ ਚਰਮ ਭਰ ਮਾਰ। ਉਹਨੇ ਦੋ ਲੈਣਾ ਵਿੱਚ ਸਾਰੀ ਜ਼ਿੰਦਗੀ ਸੰਜੋ ਕੇ ਰੱਖ। ਮਹਾਰਾਜ ਆਖਣ ਲੱਗੇ ਇਹਦਾ ਅਰਥ ਕਰ
ਤੁਹਾਡਾ ਜੀ ਇਹਦਾ ਅਰਥ ਇਹ ਆ ਕਿ ਦੁਬਾਰਾ ਤਮਾਮਾ ਨਾ ਬਚਨ ਕਲਗੀ ਵਾਲੇ ਪਾਤਸ਼ਾਹ ਜਿਹੜਾ ਤੇਰੀ ਜੇ ਡਿਉੜੀ ਦੇ ਉੱਤੇ ਬਚਾ ਹੋਇਆ ਨਾ ਨਗਾਰਾ, ਜਦੋਂ ਸਿੱਖ ਵਜਾਉਂਦੇ ਆ ਤੇ ਐਵੇਂ ਡਕ 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 ਦੀ ਆਵਾਜ਼ ਹੀ ਨਹੀਂ ਦਿੰਦਾ। ਇਹ ਬੜੀ ਇੱਕ ਕੀਮਤੀ ਗੱਲ ਸਮਝਾ ਰਿਹਾ ਸਾਰਿਆਂ ਨੂੰ, ਸਾਰਿਆਂ ਨੂੰ ਸਮਝਾ ਰਿਹਾ। ਮਹਾਰਾਜ ਕਹਿੰਦੇ ਕੀ ਸਮਝਾਉਂਦਾ ਦੱਸ। ਮਹਾਰਾਜ ਜੀ ਇਹ ਕਹਿੰਦਾ ਵੀ ਦੁਨੀਆਂ ਦੇ ਲੋਕੋ, ਮੈਂ ਜੇਦਾ ਦਾ ਹੀ ਨਹੀਂ ਸੀ, ਮੈਂ ਵੀ ਕਦੀ ਤੁਹਾਡੇ ਨਾਲ ਦੱਸ, ਮੈਂ ਚੰਗਾ ਇਨਸਾਨ ਸਾਂ, ਚੰਗੇ ਕੱਪੜੇ ਪਾਉਂਦਾ ਸਾਂ, ਚੰਗਾ ਖਾਂਦਾ ਸਾਂ, ਚੰਗੇ ਮੰਜੇ ਬਿਸਤਰੇ 'ਤੇ ਸੌਂਦਾ ਸਾਂ, ਅਤੇ ਚੰਗੀਆਂ ਚੀਜ਼ਾਂ ਹੰਢਾਉਂਦਾ ਸਾਂ, ਚੰਗੇ ਸੁੱਖ ਸੀ ਮੇਰੇ ਕੋਲ, ਸਭ ਕੁਝ ਸੁੱਖ ਹੰਢਾਉਂਦਿਆਂ ਮਾਣਦਿਆਂ ਮੇਰੇ ਕੋਲ ਇੱਕ ਗਲਤੀ ਹੋ ਗਈ ਕਿ ਮੈਂ ਗੁਰੂ ਵਾਲਾ ਨਹੀਂ ਬਣ ਸਕਿਆ, ਗੁਰੂ ਵਾਲਾ ਨਹੀਂ ਬਣ ਸਕਿਆ। ਅਤੇ ਮੇਰੇ ਨਾਲ ਪਤਾ ਕੀ ਹੋਇਆ, ਫਿਰ ਮੇਰੇ ਨਾਲ ਇਹ ਹੋਇਆ ਵੀ ਜਦੋਂ ਮੈਂ ਮਰ ਕੇ ਇੱਥੋਂ ਗਿਆ ਅਤੇ ਮੈਨੂੰ ਹੁਕਮ ਹੋ ਗਿਆ ਭਈ ਤੂੰ ਭਲਿਆ ਚੰਗਾ ਕੰਮ ਕੀਤਾ, ਭਈ ਅੰਨ ਦੇਵਤਾ ਪਾਣੀ ਦੇਵਤਾ ਮੈਂ ਸੰਤਰ ਦੇਵਤਾ ਜੂਣ ਪੰਜਵਾਂ ਪਾਇਆ, ਧਿਰਤ ਦਾ ਧੋਵਾ ਪਾਕ ਪਵੇਤ, ਪਾਪੀ ਸਿਉ ਤੱਕ ਗੱਡਿਆ ਥੁੱਕਾਂ ਪਈਆਂ ਤਿਰਤ, ਭਈ ਇਹ ਸਾਰੀਆਂ ਇੰਨੀਆਂ ਪਵਿੱਤਰ ਚੀਜ਼ਾਂ, ਅੰਨ ਪਾਣੀ ਲੂਣ ਘਿਓ ਇੰਨੀਆਂ ਪਵਿੱਤਰ ਚੀਜ਼ਾਂ ਤੂੰ ਖਾਂਦਾ ਰਿਹਾ, ਤੈਨੂੰ ਥਾਲੀ ਵਿੱਚ ਬਹਿ ਕੇ ਪ੍ਰਸ਼ਾਦਾ ਪਾਉਂਦਾ ਰਿਹਾ ਤੇਰੇ ਅੱਗੇ, ਅਤੇ ਬਿਨਾਂ ਪਰਮੇਸ਼ਰ ਨੂੰ ਯਾਦ ਕਰਨ ਤੋਂ ਹੀ ਇਹ ਮੁਰਗੀਆਂ ਤੋੜ ਤੋੜ ਕੇ ਖਾਈ ਗਿਆ। ਜਿਹੜਾ ਬੰਦਾ ਅਕਾਲ ਪੁਰਖ ਅੱਗੇ ਅਰਦਾਸ ਕਰਨ ਤੋਂ ਬਿਨਾਂ ਜਾਂ ਗੁਰੂ ਨੂੰ ਚੇਤੇ ਕਰਨ ਤੋਂ ਬਿਨਾਂ ਪ੍ਰਸ਼ਾਦਾ ਪੱਕ ਸਕਦਾ ਨਾ, ਉਹਦਾ ਵੀ ਹਾਲ ਬਾਣੀ ਵਿੱਚ ਲਿਖਿਆ ਹੋਇਆ, ਜਿਹੜਾ ਅਰਦਾਸ ਕਰਕੇ ਨਾ ਛੱਡੇ ਪ੍ਰਸ਼ਾਦਾ ਅੰਦਰ ਗਿਆ ਅਤੇ ਬਾਣੀ ਵਿੱਚ ਲਿਖ ਦਿੱਤਾ ਵੀ ਉਹ ਪ੍ਰਸ਼ਾਦਾ ਪਲਟ ਕੇ ਜਿੰਨਾ ਰਸ ਬਣਨਾ ਸੀ ਬਣ ਗਿਆ, ਖੂਨ ਬਣ ਗਈ, ਮਿੱਝ ਬਣ ਗਈ, ਵੱਧ ਉਹਦੀ ਮਲ ਬਣ ਕੇ ਸਾਡੇ ਸਰੀਰ 'ਚੋਂ ਬਾਹਰ ਨਿਕਲ ਗਈ। ਉਹ ਮਲ ਧਰਤੀ 'ਤੇ ਪਈ ਹੋਈ ਕੋਈ ਵੇਖੇ ਅਤੇ ਵੇਖ ਕੇ ਬੰਦੇ ਫੁੱਕ ਦਿੰਦੇ ਨੇ। ਜਿਹੜਾ ਬੰਦਾ ਨਾਮ ਜਪਣ ਤੋਂ ਬਿਨਾਂ ਪ੍ਰਸ਼ਾਦਾ ਛਕੇ, ਇਹਦਾ ਦਰਬਾਰ ਦੇ ਵਿੱਚ ਉਹਦੇ ਮੂਹਰੇ 'ਤੇ ਫੁੱਕਾਂ ਪੈਂਦੀਆਂ, ਜਿੱਦਾਂ ਗੰਦਗੀ ਵੱਲ ਵੇਖਦੇ ਫੁੱਕਾਂ ਪੈਂਦੀਆਂ। ਅਤੇ ਬਾਣੀ ਦੇ ਬੰਦਰ ਉਹ ਕਹਿੰਦਾ ਹੈ ਕਿ ਜਿਸ ਵੇਲੇ ਮੈਂ ਮਰ ਕੇ ਗਿਆ, ਉਹਨਾਂ ਕਿਹਾ ਤੈਨੂੰ ਥਾਲੀ ਵਿੱਚ ਬਹਿ ਕੇ ਪ੍ਰਸ਼ਾਦਾ ਆਉਂਦਾ ਰਿਹਾ, ਤੈਨੂੰ ਕਦਰ ਨਹੀਂ ਨਾ ਪਈ, ਹੁਣ ਥਾਲੀ ਨਹੀਂ ਤੈਨੂੰ ਦਿਆਂਗੇ, ਤੈਨੂੰ ਗੁਰਬੀ 'ਚ ਪਾ ਕੇ ਬੈਠੇ ਦੇਣੇ, ਹੁਣ ਉਹ ਸਮਾਂ ਨਹੀਂ ਮਿਲਦਾ। ਮੰਜੀ 'ਤੇ ਬਹਿ ਕੇ ਜੇ ਤੂੰ ਨਿਤਨੇਮ ਨਹੀਂ ਕੀਤਾ, ਇਸ਼ਨਾਨ ਕਰਕੇ ਕਦੀ ਚੌਂਕੜਾ ਨਹੀਂ ਮਾਰਿਆ, ਅਤੇ ਹੁਣ ਮੰਜੀ ਬਿਸਤਰਾ ਨਹੀਂ ਮਿਲਣਾ ਪੁੱਤਰਾ, ਹੁਣ ਤੈਨੂੰ ਸੰਭਲ ਨਾ ਮੰਨ ਕੇ ਅਤੇ ਡੰਗਰਾਂ ਵਾਲੇ ਸਸਤੇ ਬਿਠਾਵਾਂਗੇ। ਉਹ ਕਹਿੰਦਾ ਅਗਲਾ ਜਨਮ ਮੈਨੂੰ ਮਿਲਿਆ ਪਸ਼ੂ ਦਾ, ਹਾਰਨਾ ਭਜੇ ਅਤੇ ਪਸ਼ੂ ਪਏ, ਹੁਣ ਤੇ ਨਹੀਂ ਮੈਨੂੰ ਮਨੁੱਖਾ ਜਨਮ ਮਿਲਿਆ। ਕਿਉਂਕਿ ਇੱਕ ਮੈਂ ਕਿਤਾਬ ਪੜ੍ਹ ਰਿਹਾ ਸਾਂ, ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਇੱਕ ਕੀਰਤਨ ਦਰਬਾਰ ਹੋ ਰਿਹਾ ਸੀ ਸਾਧ ਸੰਗਤ, ਕੀਰਤਨ ਦਰਬਾਰ ਦੇ ਵਿੱਚ ਮੈਂ ਆਪਣੇ ਸਮੇਂ ਵਿੱਚ ਹੀ ਰਹਿਣਾ, ਦੋ ਕੁ ਮਿੰਟ ਬਹਿ ਗਏ ਸੀ ਬਸ। ਕੀਰਤਨ ਦਰਬਾਰ ਦੇ ਵਿੱਚ ਇੱਕ ਰਾਗੀ ਸਿੰਘ ਥੱਲੇ ਆਣ ਕੇ ਬੈਠਾ, ਉਹਨੇ ਸੰਦੇਸ਼ ਸਕੱਤਰ ਸਾਹਿਬ ਨੂੰ ਇਹ ਗੱਲ ਕਹੀ ਕਿ ਮੈਨੂੰ ਇੱਕ ਸ਼ਬਦ ਦਾ ਸਮਾਂ ਦਿਓ, ਇੱਕ ਸ਼ਬਦ ਪੜ੍ਹ, ਇੱਕ ਸ਼ਬਦ ਕਹਿ ਦਿਓ, ਕੁਛ ਨਹੀਂ ਕਰ। ਜਦੋਂ ਸ਼ਬਦ ਪੜ੍ਹਿਆ ਤਾਂ ਸੰਦੇਸ਼ ਸਕੱਤਰ ਕਹਿੰਦਾ ਵੀ ਵੰਸ ਹੋਰ ਅਤੇ ਇੱਕ ਹੋਰ ਪੜ੍ਹੋ, ਉਹਨੇ ਇੱਕ ਹੋਰ ਸ਼ਬਦ ਪੜ੍ਹਿਆ। ਜਦੋਂ ਸ਼ਬਦ ਦੀ ਸਮਾਪਤੀ ਹੋਈ ਤਾਂ ਸੰਦੇਸ਼ ਕਰਨ ਕਹਿੰਦਾ ਵੀ ਵੰਸ ਹੋਰ ਇੱਕ ਹੋਰ ਪੜ੍ਹੋ, ਉਹਨੇ ਇੱਕ ਹੋਰ ਪੜ੍ਹ ਲਿਆ। ਉਹਦੀ ਸਮਾਪਤੀ ਹੋਈ, ਸੰਦੇਸ਼ ਕਰਨ ਕਹਿੰਦਾ ਵੀ ਵੰਸ ਹੋਰ ਇੱਕ ਹੋਰ ਪੜ੍ਹੋ, ਉਹਨੇ ਇੱਕ ਹੋਰ। ਜਦੋਂ ਪੰਜ ਸੱਤ ਦਸ ਸ਼ਬਦ ਪੜ੍ਹ ਲਏ ਨਾ, ਅਤੇ ਉਹ ਹਰ ਕੇ ਉਹ ਜਿਹੜਾ ਪੜ੍ਹਨ ਵਾਲਾ ਸੀ ਗਾਉਣ ਵਾਲਾ ਕਹਿੰਦਾ ਵੀ ਮੈਨੂੰ ਪਤਾ ਵੀ ਤੁਹਾਨੂੰ ਮੇਰਾ ਕੀਰਤਨ ਬੜਾ ਪਸੰਦ ਆਇਆ, ਪਰ ਮਾਫ ਕਰਨਾ ਹੁਣ ਮੈਂ ਥੱਕ ਗਿਆ, ਹੁਣ ਮੇਰੇ ਕੋਲ ਸ਼ਬਦ ਨਹੀਂ ਪੜ੍ਹੇ ਜਾਣੇ। ਉਸ ਦੇਸ਼ ਕਰਨ ਆਖਣ ਲੱਗਾ ਨਹੀਂ ਤੈਨੂੰ ਭੁਲੇਖਾਈ ਆ, ਤੂੰ ਸਮਝਣਾ ਵੀ ਸ਼ਬਦ ਬੜਾ ਪਸੰਦ ਆਇਆ ਕੀਰਤਨ, ਅਸੀਂ ਉਡੀਕ ਰਹੇ ਸਾਂ ਵੀ ਤੂੰ ਕਦੋਂ ਸੁਰ ਵਿੱਚ ਸੁਰ ਲਾਵੇਂ, ਤੂੰ ਕਦੋਂ ਸਹੀ ਸੁਰ ਪਾਏਗਾ, ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਤੈਨੂੰ ਚਾਂਸ ਦਿੱਤਾ, ਹੁਣ ਤੂੰ ਕੀ ਹੱਥ ਜੋੜਦੇ, ਹੁਣ ਅਸੀਂ ਤੇਰੇ ਅੱਗੇ ਹੱਥ ਜੋੜਨ ਲੱਗੇ ਸਾਂ ਵੀ ਹੁਣ ਤੈਨੂੰ ਸਮਾਂ ਨਹੀਂ ਮਿਲਣਾ, ਇੰਨੇ ਮੌਕੇ ਤੈਨੂੰ ਦਿੱਤੇ ਤੇਰੇ ਕੋਲ ਸੁਰ ਵਿੱਚ ਸੁਰ ਲੱਗੀ ਨਹੀਂ। ਵਿਦਵਾਨ ਕਹਿੰਦੇ ਨੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਪਰਮਾਤਮਾ ਚਾਂਸ ਦਿੰਦਾ, ਵਾਰ ਵਾਰ ਮਨੁੱਖਾਂ ਜਨਮ ਨਹੀਂ ਮਿਲਦੇ, ਨਹੀਂ ਮਿਲਣਾ। ਇਸ ਸਮੇਂ ਦੇ ਵਿੱਚ ਹੀ ਗੁਰੂ ਦੀ ਸੁਰ ਨਾਲ ਸੁਰ ਮਿਲਾ ਕੇ ਤੁਰ, ਜੇ ਤੇਰੇ ਕੋਲ ਸੁਰ ਨਾ ਮਿਲਾਈ ਗਈ ਤਾਂ ਪਤਾ ਕੀ ਹੋਏਗਾ। ਦੁਬਾਰਾ ਤਮਾਮਾ ਨਾਮ ਬਚਤ ਕਹਿਤ ਪੁਕਾਰ ਪੁਕਾਰ, ਹਰ ਨਾ ਭਜੇ ਤੇ ਪਸ਼ੂ ਭਏ, ਪਰਤ ਜਨਮ ਪਰ ਮਾਰ, ਸਤਿਗੁਰੂ ਜੀ ਇਹ ਨਗਾਰਾ ਕਹਿੰਦਾ ਮੁੜ ਕੇ ਮੈਨੂੰ ਮਿਲਿਆ ਮਨੁੱਖਾ ਜਨਮ, ਅਤੇ ਉਹ ਮਨੁੱਖਾ ਜਨਮ ਮੈਂ ਕੱਦ ਕਣ ਖਾ ਕੇ ਅਤੇ ਹੰਢਾ ਲਿਆ, ਅਤੇ ਫਿਰ ਮੈਂ ਮਰ ਗਿਆ। ਜਦੋਂ ਮੈਂ ਮਰਿਆ ਤਾਂ ਚਾਂਪੜੀ ਲੋਕ ਮੈਨੂੰ ਚੁੱਕ ਕੇ ਲੈ ਗਏ, ਉਹਨਾਂ ਨੇ ਛੁਰੀ ਦੇ ਨਾਲ ਲਾਈ ਮੇਰੀ ਖਲ, ਉਹਨਾਂ ਮੇਰੀ ਖਲ ਲਾਈ, ਜਦੋਂ ਤੇ ਉਹ ਖਲ ਆ ਗਈ ਗੁਰੂ ਦੇ ਸਿੱਖਾਂ ਦੇ ਹੱਥ ਵਿੱਚ, ਅਤੇ ਉਹ ਖਲ ਲਿਆ ਕੇ ਸਿੱਖਾਂ ਨੇ ਨਗਾਰੇ ਦੇ ਉੱਤੇ ਮੜ ਦਿੱਤੀ,
ਮੈਂ ਸਮਝਦਾ ਸਾਂ ਵੀ ਮੇਰਾ ਦੁੱਖ ਮੁੱਕ ਗਿਆ, ਪਰ ਦੁੱਖ ਮੁੱਕਾ ਨਹੀਂ। ਕਦੋਂ ਦਾ ਮੈਂ ਪਸ਼ੂ ਦੀ ਜੂਣ ਨਰਕ ਹਟਾ ਕੇ ਮਰ ਗਿਆ, ਤੇ ਅਜੇ ਵੀ ਦੋਵੇਂ ਟਾਈਮ ਮੇਰੀ ਖੱਤ ਦੇ ਉੱਤੇ ਪ੍ਰਾਣੀਆਂ ਦੀ ਮਾਰ ਪੈਂਦੀ ਆ। ਮੈਂ ਦੁਨੀਆਂ ਨੂੰ ਸਮਝਾਉਣਾ, ਜਦੋਂ ਮਾਰ ਪੈਂਦੀ ਆ ਤੇ ਮੇਰੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਆ ਨਾ, ਉਹ ਮੈਂ ਲੋਕਾਂ ਨੂੰ ਸਮਝਾ ਕੇ ਕਹਿੰਦਾ, ਦੁਨੀਆਂ ਦੇ ਲੋਕੋ, ਖਾਓ ਚੰਗਾ, ਪਹਿਨੋ ਚੰਗਾ, ਭੋਗੋ ਚੰਗਾ, ਚੰਗੀਆਂ ਸਰਦਾਰੀਆਂ ਭੋਗੋ, ਪਰ ਵੇਖਿਓ ਕਿਤੇ ਨਗੋਰੇ ਨਾ ਮਰ ਜਾਇਓ, ਨਗੋਰੇ ਬੰਦੇ ਦੀ ਉਹ ਬਾਂਹ ਨਹੀਂ ਜੇ ਮਰਦਾ। ਜਿੱਦਾਂ ਮੈਂ ਚੰਗਾ ਭਲਾ ਸਾਂ ਨਾ, ਸਭ ਕੁਝ ਖਾਂਦਾ ਪੀਂਦਾ ਪਹਿਣਦਾ ਸਾਂ, ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾਉ ਗੁੜਾ, ਮਤ ਕੋਈ ਭਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਪੁੱਤਰ ਸਪਾਰ। ਇਸ ਗੱਲ ਨੂੰ ਸਾਰਿਆਂ ਨੇ ਗੁਰੂ ਕਿਰਪਾ ਕਰੇ ਕਿ ਸਾਡੇ ਦਿਲ ਦੇ ਵਿੱਚ ਵਸੇ, ਜਿਹਨਾਂ ਅੰਮ੍ਰਿਤ ਪਾਨ ਕੀਤਾ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੂਰਨ ਭਰੋਸਾ ਰੱਖ ਕੇ ਰਹਿਤ ਵਾਲਾ ਜੀਵਨ ਬਤੀਤ ਕਰੀਏ, ਜਿਹਨਾਂ ਹਜੇ ਤੱਕ ਗੁਰੂ ਵਾਲੇ ਨਹੀਂ ਬਣੇ ਉਹ ਅੰਮ੍ਰਿਤ ਦੀ ਲਾਤ ਲੈਣ, ਕਿਉਂਕਿ ਸਭਨਾ ਮਰਨਾ ਆਇਆ। ਜਿਹੜਾ ਬੰਦਾ ਜਿੱਥੇ ਆਇਆ ਉਹਨੇ ਮਰਨਾ ਹੈ, ਜਾਣਾ ਹੈ, ਇੱਥੇ ਬੈਠੇ ਨਹੀਂ ਰਹਿਣਾ। ਪਰ ਜਾਣ ਤੋਂ ਪਹਿਲਾਂ ਜੀਵਨ ਇੱਦਾਂ ਦਾ ਬਣ ਜਾਏ ਕਿ ਗੱਲ ਮੈਂ ਸ਼ੁਰੂ ਕੀਤੀ ਸੀ, ਗੁਰੂ ਨਾਨਕ ਸਾਹਿਬ ਜੀ ਨੂੰ ਸਿੱਖਾਂ ਪੁੱਛਿਆ ਸੀ ਦਰਗਾਹ ਵਿੱਚ ਬਾਂਹ ਕਿੱਦਾਂ ਉੱਚੀ ਹੋਵੇ, ਮਹਾਰਾਜ ਨੇ ਆਖਿਆ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗਾਹ ਪੈਸਣ ਪਾਈ ਹੈ, ਕਹੋ ਨਾਨਕ ਬਾਂਹ ਲਟਾਈ ਹੈ। ਗੁਰੂ ਦਾ ਬਚਨ ਮੰਨਣ ਦੇ ਨਾਲ ਦਰਗਾਹ ਵਿੱਚ ਸੁੱਖ ਮਿਲਦਾ ਹੈ। ਸਤਿਗੁਰੂ ਕਿਰਪਾ ਕਰੇ ਕਿ ਸਾਰੀ ਕਥਾ ਵਿਚਾਰ ਕੀਰਤਨ ਦੀ ਵਿਚਾਰ ਗੁਰੂ ਚਰਨਾਂ ਵਿੱਚ ਹੋਈ ਅਤੇ ਉਸ ਵਿਛੜੀ ਹੋਈ ਦੋ ਦਿਨ ਵਿੱਚ ਹੋਈ ਹੈ, ਅਤੇ ਨਾਲੇ ਕੁਝ ਦਿਨ ਪਹਿਲਾਂ ਆਪਣੇ ਸਰੀਰਕ ਚੋਲੀ ਨੂੰ ਤਿਆਰ ਕੇ ਇਸ ਲੋਕ ਤੋਂ ਪਰਲੋਕ ਨੂੰ ਪਿਆਰਾ ਕਰਦੇ ਸਨ। ਸਤਿਗੁਰੂ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ, ਕਥਾ ਕੀਰਤਨ ਦਾ ਮਹਾਤਮ ਉਹਨਾਂ ਨੂੰ ਬਖਸ਼ਿਸ਼ ਕਰਨ ਦੇ ਹੁਣ ਮੈਂ ਬੇਨਤੀ ਕਰੂੰਗਾ, ਕਿਉਂਕਿ ਪਰਿਵਾਰ ਉਹ ਤੋਂ ਬੇਨਤੀ ਹੋਈ ਸੀ। ਗੁਰਦਾਸਪੁਰ ਤੋਂ ਡਾਕਟਰ ਸਾਹਿਬ ਗੁਰਕੀ ਹਜ਼ੂਰੀ ਵਿੱਚ ਆਏ ਨੇ, ਉਹਨਾਂ ਨੂੰ ਹੱਥ ਜੋੜ ਕੇ ਮੈਨੂੰ, ਕਿਉਂਕਿ ਪਰਿਵਾਰ ਨੇ ਫੋਨ ਕੀਤਾ ਆਪਣੇ, ਭਾਈ ਬੇਨਤੀ ਕਰੋ ਡਾਕਟਰ ਸਾਹਿਬ ਨੂੰ, ਆਓ ਆ ਕੇ ਗੁਰੂ ਕੀ ਸੰਗਤ ਦਾ ਦਰਸ਼ਨ ਕਰੋ, ਗੁਰੂ ਦਾ ਦਰਸ਼ਨ ਕਰੋ। ਕੋਈ ਮੇਰ ਭਗਵਾਨੀ ਸ਼ਿਵਾ ਅਤੇ ਬਲਾਵ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇੱਥੇ ਕੋਈ ਸਿਧਾਂਤ ਕਿਆ ਕਰਨੇ ਪੈਣੇ ਹੋਰ ਨਾਲ
बेईमानी नहीं रखनी, लोगों के अंदर धर्म की जागृति आए भी मेरा अगे लेखा होना, मैनू छित्र जमान दे पैने, मैं जिंदगी कोई भी गलत काम ना करना। आपे भी ਜਿਹੜਾ ਨਾਮ ਜਪਿਆ ਵਣ ਜਪਿਆ ਦੇਖ ਦਵਾਈ ਦੇਖ ਦਵਾਈ
अमर नाम